उन्होंने क्या देखो जवान किसी हो आजाद हो गए हैं अभी 15-20 दिन देख के देता था। अच्छा। अभी क्या भाई अभी भी ऐश करेंगे बाद में मुल्खा मांगे अभी आजादी कटवाएंगे पर जब जैसे आए कैसे बेरा गर्क हो गया। उसका ये यार मैंने ओ ऐसे खेला हूँ ऐसी बाग पर जी उठे उन्होंने बच्चे को मंडी एन रख के ना कई का हाथ ना फेरी सी। अच्छा एक किदा होंगी है जी माड़ा जा समझा दो एक एन जा कराहा हंदा कराहा जी कराहा हंदा उधर बच्चे एन पागे मर पके दी। अच्छा जी कई का हाथ ना कमाई सी इन्ना तगड़ा सी हो इन्ना तगड़ा सी उसने मैंने कहा पे देख पिंड का नाम भी आ गया मेरा नाम भी आ गया पिंड में मशहूरी हो गई क्या शरीर दौड़ने बाद नहीं दौड़िया कर। अच्छा कैसे भी वैसे जब सिराए का आदमी अच्छा वो ले सके वो आप से नरिया वो बेचारे रह गए। अच्छा उन्होंने साढ़े हवाले कर गया नूर मोहम्मद का सजे पासे ए जो जानदे सजे पासे कमाद दे बैठो। हां जी लोके ओ बैठ गए। ठीक है जी लोके ओ बैठ गए कुदरती दो मुसलमान छिपाई। हां जी ते एक नायब दा पिंडा जी जी ए तिन आए ते मेरे प्राण ने इशारा कीता। अच्छा ते बाहर ओ आए। ठीक है जी आए ता फिर ओ न्यारे जड़े सीगे। अच्छा ओ बाहर कड्डे। अच्छा वो कह लगे जी इदा मां पे जेड़े आ ओ जेड़ा बना सी इत्थे कैंप कैंप पे वो कैंप चल गया ये रह गए ये रह गए इन्हां नूं तुसीं लै जाओ। तो ये पिंड दा नाम की आ बसी मरूफ सियाला बसी मरूफ सियाला कहंदे नूं। हां जी ਇਹਦਾ ਮਤਲਬ ਇਹ ਆ ਕਿ ਇਹ ਪਿੰਡ ਦੋ ਤਿੰਨ ਆ ਨਾ ਬਸੀ ਮਰੂਫ ਬਸੀ ਮਰੂਫ ਸਿਆ ਬਸੀ ਮਰੂਫ ਹੁਸੈਨਪੁਰ ਹੁਸੈਨਪੁਰ ਉਹ ਪਿੰਡ ਆਇਆ ਹੁਸੈਨਪੁਰ ਨਾਲ ਅੱਗੇ ਉਹ ਆ। ਹਾਂ ਬਈ ਸਾਡੇ ਘਰ ਵੀ ਹੈਗੇ ਆ। ਅੱਛਾ ਅੱਛਾ ਜੀ ਤੇ ਤੁਹਾਡੀ ਉਮਰ ਕਿੰਨੀ ਹੋ ਗਈ ਜੀ ਇਸ ਵੇਲੇ ਕਿਹੜੀ ਮੇਰੀ। ਹਾਂਜੀ ਨਹੀਂ 100 105 4 5 4 ਹੋ ਗਈ ਇੰਨੇ ਸਾਲ ਦੀ ਉਮਰ ਆ। ਹਾਂਜੀ ਜਦੋਂ ਰੌਲਿਆਂ ਵੇਲੇ ਤੁਸੀਂ ਬਾਵਾ ਤਕੜੇ ਸੀਗੇ ਰੌਲਿਆਂ ਚ। ਹਾਂਜੀ ਰੌਲੇ ਤੋਂ ਕੱਢ ਹੋਏ ਆ। ਠੀਕ ਠੀਕ ਕੀ ਨਾਮ ਜੀ ਤੁਹਾਡਾ। ਲਾਹੌਰੀ ਰਾਮ। ਠੀਕ 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 ਇਹ ਬਜ਼ੁਰਗੋ ਐਂ ਦੱਸਿਓ ਕਿ ਜਿਹੜਾ 47 ਤੋਂ ਪਹਿਲਾਂ ਦਾ ਇਹ ਪਿੰਡ ਸੀਗਾ। ਹਾਂਜੀ ਬਸੀ ਮਰੂਫ ਬਸੀ ਮਰੂਫ ਸਿਆਲਾ ਸਿਆਲਾ ਇਹਦੇ ਵਿੱਚ ਕਿਹੜੀਆਂ ਕਿਹੜੀਆਂ ਬਰਾਦਰੀਆਂ ਕਿਹੜੇ ਕਿਹੜੇ ਲੋਕ ਰੇ ਵੱਸਦੇ ਸੀ ਇੱਥੇ। ਵੱਸਦੇ ਸੀ ਮੁਸਲਮਾਨ ਪੰਜ ਚਾਰ ਘਰ ਵੱਸਦੇ ਸੀ। ਅੱਛਾ ਜੀ ਲੋਹਾਰ ਸੀ ਉਹ ਲੋਹਾਰ ਸੀਗੇ। ਠੀਕ ਹਾਂਜੀ ਠੀਕ ਉਸ ਤੋਂ ਬਾਅਦ ਜੱਟ ਵੱਸਦੇ ਸੀ ਪੰਜ ਚਾਰ ਘਰ ਜੱਟਾਂ ਦੇ ਵੀ ਸੀ। ਜੀ ਜੀ ਤਾਂ ਇੱਥੇ ਤਿੰਨ ਚਾਰ ਘਰ ਆਹ ਭਰੀਆਂ ਦੇ ਸੀ ਇੱਥੇ ਪਾਸੇ ਪੁਰਾਣੇ ਪੁਰਾਣੇ। ਠੀਕ ਹੈ ਜੀ ਬਾਕੀ ਆਹ ਤੁਹਾਨੂੰ ਸਾਰਾ ਪਿੰਡ ਹੀ ਜਿਹੜਾ ਬਸੀ ਮਰੂਫ ਹੁਸੈਨਪੁਰ 'ਚ ਆ। ਹਾਂ ਬਸੀ ਮਰੂਫ ਹੁਸੈਨਪੁਰ ਬਸੀ ਮਰੂਫ ਸਿਆਲਾ ਹੁਸੈਨਪੁਰ। ਹਾਂਜੀ ਬਸੀ ਮਰੂਫ ਹੁਸੈਨਪੁਰ ਬਸੀ ਮਰੂਫ ਸਿਆਲਾ ਇਹ ਦੋਨੇ ਘਰ ਉੱਥੇ ਵੱਸਦੇ ਆ ਹੁਸੈਨਪੁਰ 'ਚ ਹੁਸੈਨਪੁਰ 'ਚ। ਇਹਨੂੰ ਸਿਆਲਾ ਕਾਹਦੇ ਕਹਿੰਦੇ ਸੀਗੇ। ਇਹ ਬਸੀ ਮਰੂਫ ਸਿਆਲਾ ਇਹ ਹੈ ਦੋ ਘਰ ਹੋ ਗਏ ਨਾ ਇਹ ਪਿੰਡ ਇਹ। ਅੱਛਾ 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 ਇਹ ਬਸੀ ਮਰੂਫ ਸਿਆਲਾ ਉਹ ਬਸੀ ਮਰੂਫ। ਠੀਕ ਹੈ ਠੀਕ ਹੈ ਚਲੋ ਐਂ ਦੱਸੋ ਹਾਂਜੀ ਜਿਹੜੇ ਮੁਸਲਮਾਨ ਇੱਥੇ ਵੱਸਦੇ ਸੀਗੇ ਹਾਂਜੀ ਮਿਰਜ਼ੇ ਜਾਂ ਜੋ ਵੀ ਤੁਸੀਂ ਕਹਿੰਦੇ ਆ ਕੰਮ ਕਾਰ ਕੀ ਕਰਦੇ ਸੀ ਉਹ ਲੋਹਾਰਾ। ਅੱਛਾ ਜੀ ਬਕਾਇਦਾ ਉਹ ਸਾਰੇ ਘਰਾਂ ਦਾ ਕੰਮ ਕਰਦੇ ਸੀ। ਸਾਰੇ ਘਰ ਲੋਹਾਰਾ ਕੰਮ ਕਰਦੇ ਸੀ ਉਹ ਨਾਲ ਦੇ ਪਿੰਡ ਸੇਪੀ ਕਰਦੇ ਸੀ। ਕਿਹੜੇ ਕਿਹੜੇ ਪਿੰਡਾਂ ਦੀ ਸੇਪੀ ਸੀ ਉਹਨਾਂ ਕੋਲ ਬਸੀ ਮਰੂਫ। ਹਾਂਜੀ ਨਵੇਂ ਘਰ ਜੀ ਜੀ ਉਹ ਬਿਲਕੁਲ ਪਰਲੇ ਪਾਸੇ ਹਾਂਜੀ ਸੈਨਪੁਰ ਸੈਨਪੁਰ। ਠੀਕ ਹੈ ਜੀ ਹਾਂਜੀ ਸਹਿਜਾ ਸਹਿਜਾ ਵੀ ਇਹਨਾਂ ਕੋਲ ਹੀ ਸੀਗਾ। ਹਾਂਜੀ ਹੁਣ ਬਜ਼ੁਰਗਾਂ ਦੇ ਨਾਂ ਦੱਸੋ ਮਾੜੇ ਜੇ। ਉਹਨਾਂ ਬਜ਼ੁਰਗਾਂ ਦੇ ਨਾਂ ਦਾ ਨਹੀਂ ਪਤਾ ਕੋਈ ਇੱਕ ਦੋ ਨਾਂ ਚੇਤੇ ਹੋਣੇ ਆ। ਇੱਥੇ ਤਾਂ ਨਵੀਂ ਕਲੀ ਤਾਂ ਸੀ ਸਾਧੂ ਸਿਓ। ਅੱਛਾ ਜੀ
ਨਹੀਂ ਮੈਂ ਉਹਨਾਂ ਦੇ ਪੁੱਛਦਾ ਮੁਸਲਮਾਨਾਂ ਦੇ ਜਿਹੜੇ ਸੀਗੇ ਚਾਰ ਪੰਜ ਘਰ ਉਹਨਾਂ ਦੇ ਨਾਮ। ਮੁਸਲਮਾਨ ਹੈ ਜੀ? ਹਾਂਜੀ ਮੁਸਲਮਾਨਾਂ ਦੇ ਸੀਗੇ। ਬੱਗਾ ਜੀ? ਬੱਗਾ ਹਾਂਜੀ ਠੀਕ। ਅਤੇ ਨੂਰ ਮੁਹੰਮਦ ਠੀਕ ਜੀ ਠੀਕ। ਚਿਰਾਗ ਠੀਕ। ਇਹ ਤਿੰਨ ਘਰ ਸੀ ਚਾਰ। ਅੱਛਾ ਔਰਤਾਂ ਦੇ ਨਾਂ ਵੀ ਚੇਤੇ ਆ? ਤੁਹਾਡੇ ਹਾਣ ਦਾ ਸੀ? ਦੋ ਤਿੰਨ ਸਾਲ ਵਧਿਆ ਸੀ। ਤੁਹਾਡਾ ਦੋਸਤ ਕਿਹੜਾ ਸੀ ਇਹਨਾਂ ਚੋ? ਨੂਰ ਮੁਹੰਮਦ। ਕਿੰਨੀ ਕੁ ਦੋਸਤੀ ਸੀ ਤੁਹਾਡੀ? ਸਾਡੀ ਤਾਂ ਦੋਸਤੀ ਸੀ, ਮੈਨੂੰ ਦੌੜਨਾ ਉਹਨੇ ਸਿਖਾਇਆ ਸੀ। ਅੱਛਾ ਪੂਰੀ ਗੱਲ ਸੁਣਾਓ ਫਿਰ। ਉਸ ਗੱਲ ਇਹ ਹੈ, ਮੈਨੂੰ ਉਹ ਇੱਥੇ ਖੇਡਾਂ ਹੋਈਆਂ ਸੀ ਬਾਗਪੁਰ ਜੀ, ਉੱਥੇ ਉਹਨੂੰ ਐਨ ਦੇ ਵਿੱਚ ਇੱਕ ਮੰਡੀ ਐਨ ਰੱਖ ਕੇ ਨਾ ਤਾਂ ਇੱਕ ਹੱਥ ਨਾਲ ਫੇਰੀ ਸੀ। ਅੱਛਾ ਇਹ ਕੀ ਕਿੱਦਾਂ ਹੁੰਦੀ ਹੈ ਜੀ, ਮਾੜਾ ਜਿਹਾ ਸਮਝਾ ਦਿਓ। ਇੱਕ ਐਨ ਜਿਹਾ ਕੜਾਹਾ ਹੁੰਦਾ, ਕੜਾਹਾ ਹਾਂਜੀ ਕੜਾਹਾ ਹੁੰਦਾ, ਉਹਦੇ ਵਿੱਚ ਐਨ ਪਾ ਕੇ ਮਰ ਪੱਕੇ ਦੀ। ਅੱਛਾ ਜੀ। ਤਾਂ ਇੱਕ ਹੱਥ ਨਾਲ ਕਮਾਈ ਸੀ, ਇੰਨਾ ਤਗੜਾ ਸੀ ਉਹ, ਇੰਨਾ ਤਗੜਾ ਸੀ। ਉਸ ਮੈਨੂੰ ਕਿਹਾ ਤੇ ਦੇਖ ਪਿੰਡ ਦਾ ਨਾਮ ਵੀ ਆ ਗਿਆ, ਨੀਲੇ ਨਾਮ ਵੀ ਆ ਗਿਆ, ਪਿੰਡ ਦਾ ਮਸ਼ਹੂਰੀ ਹੋ ਗਈ, ਤੇ ਆ ਸਰੀਰ ਦੌੜਨੇ ਬਾਅਦ ਵੀ ਦੌੜਿਆ ਕਰ। ਅੱਛਾ ਜਾਣੀ ਕਿ ਉਹ ਪਿੰਡ ਜਿਹੜਾ ਸੀਗਾ ਤੁਹਾਡਾ ਪਿੰਡ ਸੀ ਜਿਹੜਾ ਹੈ, ਜਿਹੜਾ ਤੁਹਾਡਾ ਪਿੰਡ ਸੀਗਾ, ਹਾਂ ਉਹਦੇ ਨਾਂ ਤੋਂ ਮਸ਼ਹੂਰ ਹੋ ਗਿਆ ਕਿ ਉਹਨੇ ਤੰਗਾ ਕੰਮ ਕੀਤਾ ਸੀ। ਹਾਂ ਹਾਂਜੀ। ਉਹ ਫਿਰ ਤੁਹਾਨੂੰ ਕਿਹੜੀ ਗੇਮ ਚ ਲਾਇਆ ਉਹਨਾਂ ਨੇ? ਉਹ ਦੌੜਨੇ ਚ ਲਾਇਆ ਨੇ, ਬੰਦਿਆਂ ਨੂੰ ਰਿਕਾਰਡ ਕਰਦਾ ਜੀ, ਦੌੜਨੇ ਚ ਲਾਇਆ ਸੀ। ਅੱਛਾ ਫਿਰ ਤੁਸੀਂ ਦੌੜੇ ਸਿੱਖਿਆ? ਹਾਂ ਸਿੱਖਿਆ, ਪੂਰਾ ਦੌੜਿਆ। ਅੱਛਾ ਜੀ। ਇੱਕ ਚੁੰਡਾ ਹੁੰਦਾ ਸੀ ਹਾਸੀ ਪਿੰਡ ਦਾ ਜੀ ਜੀ, ਉਹਨੂੰ ਹਰਾਇਆ ਤੁਸੀਂ? ਹਾਂ ਵਾਜੀ ਵਾ। ਫਿਰ ਇੱਕ ਫਿਰ ਜੇ ਆ ਲੜਕੀਆਂ ਸਕੂਲ ਜਾਂ ਲੈਣ ਦੇ ਉਹਦੇ ਪਾਸੇ ਆ, ਹਾਂਜੀ ਉਸ ਸਾਹਿਬ ਦੀ ਸਾਹਿਬ ਦੌੜਾ ਹੁੰਦੀਆਂ ਸੀ, ਹੁਣ ਦਾ ਪਤਾ ਨਹੀਂ। ਉਹ ਹਾਂਜੀ ਹੈਗਾ ਜੀ, ਹੈਗਾ ਰੇਲਵੇ ਮੰਡੀ ਕਹਿੰਦੇ ਉਹਨੂੰ। ਹਾਂ ਰੇਲਵੇ ਮੰਡੀ ਹਾਂਜੀ, ਉੱਥੇ ਲਈ ਇੱਕ ਦੌੜ ਤੁਸੀਂ? ਹਾਂ ਵਾਹ ਜੀ ਵਾਹ। ਉਸ ਤੋਂ ਬਾਅਦ ਫਿਰ ਮੈਂ ਮਿਲ ਜੀ ਲੈ ਕੇ, ਮੈਨੂੰ ਤੁਸੀਂ ਮਿਲਟਰੀ ਚਲ ਗਏ? ਹਾਂ। ਤੁਹਾਡਾ ਕਾਫੀ ਨਾਮ ਹੋ ਗਿਆ ਹੋਣਾ ਦੌੜ 'ਚ। ਉਹ ਨਹੀਂ, ਉਹ ਮੈਂ ਅੱਠਵੀਂ ਪਾਸ ਕੀਤੀ ਹੋਈ ਰਹਿਣਾ। ਕਿੱਥੇ ਪੜ੍ਹੇ ਸੀ ਤੁਸੀਂ? ਹੁਸ਼ਿਆਰਪੁਰ। ਕਿਹੜਾ ਸਕੂਲ ਸੀਗਾ? ਰੈਡ ਰੋਡ ਇੰਜੀਨੀਅਰ। ਉੱਥੇ ਪੜ੍ਹੇ ਸੀ? ਹਾਂਜੀ। ਤੁਹਾਡੇ ਟੀਚਰ ਕੌਣ ਹੁੰਦੇ ਸੀ ਉਦੋਂ? ਟੀਚਰ ਹੁੰਦਾ ਸੀ ਬੇਅੰਤ ਸਿੰਘ। ਅੱਛਾ ਜੀ। ਇੱਕ ਹੁੰਦਾ ਸੀ ਮੁਸਲਮਾਨ, ਉਹਦਾ ਨਾਂ ਸੀ ਮੁਸਤਾਕ ਮੁਹੰਮਦ। ਮੁਸਤਾਕ ਮੁਹੰਮਦ? ਮੁਸਤਾਕ ਮੁਹੰਮਦ ਹਾਂਜੀ। ਉਹ ਕਿਹੜੇ ਪਿੰਡ ਦੇ ਸੀ? ਉਹ ਇੱਕ ਤਾਂ ਲਾਹੌਰ ਸੀ, ਇੱਥੇ ਪੜ੍ਹਾਉਣ ਆਇਆ ਸੀ। ਹਾਂਜੀ ਅੱਗੇ ਅੰਗਰੇਜ਼ਾਂ ਰਾਜ ਦੇ ਵਿੱਚ ਕੋਈ ਵੀ ਜਿਹੜਾ ਟੀਚਰ ਆ ਉਹ ਆਪਣੇ ਪਿੰਡ 'ਚ ਨਹੀਂ ਰਹਿ ਸਕਦਾ, ਦੂਸਰੇ ਪਿੰਡ ਜਾ ਕੇ ਜਾਂਦਾ। ਅੱਛਾ ਲਾਹੌਰ ਦੂਰ ਸੀਗੇ। ਇਹ ਮੁਸਤਾਕ ਮੁਹੰਮਦ ਲਾਹੌਰ ਤੋਂ ਆਇਆ ਸੀ? ਹਾਂ ਲਾਹੌਰ ਤੋਂ। ਇੱਕ ਅੰਮ੍ਰਿਤਸਰ ਦਾ ਸੀ। ਉਹਦਾ ਕੀ ਨਾਮ ਸੀ ਉਹਨਾਂ ਦਾ? ਉਹਦਾ ਨਾਂ ਚਲੋ ਐਂ ਤਾਂ ਤੁਹਾਡੇ ਨਾਲ ਮੁੰਡੇ ਵੀ ਪੜ੍ਹਦੇ ਸੀਗੇ ਮੁਸਲਮਾਨਾਂ ਦੇ? ਹਾਂ ਮੁਸਲਮਾਨਾਂ ਦੇ ਮੁੰਡੇ ਵੀ ਪੜ੍ਹਦੇ ਸੀ। ਕਿਹੜੇ ਕਿਹੜੇ ਪਿੰਡਾਂ ਦੇ? ਖਾਨਪੁਰ ਦੇ। ਅੱਛਾ ਜੀ। ਖਾਨਪੁਰ ਦੇ ਨਾਂ ਚੇਤੇ ਕੋਈ? ਖਾਨਪੁਰ ਨਾਂ ਚੇਤੇ ਹੁਣ ਕਿੱਥੇ ਗਿਆ? ਨਹੀਂ ਚੇਤੇ ਹੋਣੇ। ਠੀਕ ਹੈ। ਤੇ ਉਦੋਂ ਫਿਰ ਦੋ ਖਤ ਆਏ ਮੈਨੂੰ ਫੌਜ ਤੋਂ 47 ਤੋਂ ਬਾਅਦ। ਹਾਂਜੀ ਕਹਿੰਦੇ ਜੀ ਬਈ ਮੇਰੇ ਜੀ ਗੌਰਮੈਂਟ ਤੁਹਾਨੂੰ ਕੰਮ ਸਿਖਾਇਆ, ਗੌਰਮੈਂਟ ਨੂੰ ਮਦਦ ਦਿਓ। ਅੱਛਾ ਜੀ। ਫਿਰ ਤੁਸੀਂ ਗਏ ਦੁਬਾਰਾ? ਫਿਰ ਪਹਿਲੀ ਚਿੱਠੀ ਆਈ ਮੈਂ ਨਹੀਂ ਗਿਆ ਜੀ, ਦੂਸਰੀ ਚਿੱਠੀ ਆਈ ਘਰਦਿਆਂ ਨੇ, ਕਹਿਣ ਲੱਗੇ ਵੀ ਅਸੀਂ ਨਹੀਂ ਜਾਣਦੇ ਨਾ, ਲੜਾਈ ਲੱਗੀ ਆ। ਮੈਂ ਕਿਹਾ ਜਿਹੜੀ ਦੋ ਹੀ ਚਿੱਠੀਆਂ ਹੋ ਰਹੀਆਂ ਉਹ ਫੜ ਕੇ ਲੈ ਕੇ ਬਦਨਾਮੀ ਹੋ ਗਈ। ਅੱਛਾ ਅੱਛਾ। ਫਿਰ ਮੈਂ ਚਲੇ ਗਿਆ। ਫਿਰ ਸੇਵਾ ਕੀਤੀ ਦੇਸ਼ ਦੀ? ਸੇਵਾ ਕੀਤੀ। ਫਿਰ ਅਸੀਂ ਪਤਾ ਨਹੀਂ ਸੀ ਲਿਖਿਆ ਸੀਗਾ ਵੀ ਸੇਵਾ, ਤੁਹਾਨੂੰ ਕੰਮ ਸਿਖਾਇਆ ਗੌਰਮੈਂਟ ਸੇਵਾ ਕਰੋ। ਅੱਛਾ ਚਲੋ ਬਜ਼ੁਰਗ ਐਂ ਦੱਸੋ, ਜਿਹੜਾ ਨੂਰ ਮੁਹੰਮਦ ਤੁਹਾਡੇ ਉਸਤਾਦ ਬਣੇ ਦੌੜਨ 'ਚ, ਅੱਛਾ ਉਹ ਕਦੀ ਮੁੜ ਕੇ ਆਏ? ਮੁੜ ਕੇ ਜੀ ਜਦੋਂ ਗਏ ਹੈ ਨਾ, ਹਾਂਜੀ ਉਹ ਮੇਰਾ ਦੋਸਤ ਸੀ, ਫਿਰ ਆਇਆ ਉਹ ਜੀ ਜੀ ਇੱਕ ਵਜੇ।
ਠੀਕ ਠੀਕ ਉਹ ਪੰਚਾਇਤ ਮੈਂ ਰਹਿ ਕੇ ਗਿਆ ਮੇਰੇ ਕੋਲ ਇੱਥੇ ਹੁਸ਼ਿਆਰਪੁਰ ਸੀ ਉਸੇ ਮੈਂ ਦੁਕਾਨ ਪਾਈ ਸੀ ਅੱਛਾ ਤੁਸੀਂ ਤੋਂ ਦੁਕਾਨ ਪਾਈ ਸੀ ਕਿੱਥੇ ਸੀ ਦੁਕਾਨ ਫੁਆਰਾ ਰੋਡ ਤੋਂ ਇਸ ਪਾਸੇ ਲਹਿੰਦੇ ਪਾਸੇ ਨਾ ਆਏ ਅੱਛਾ ਜਲੰਧਰ ਰੋਡ ਤੇ ਅੱਛਾ ਜੀ ਹਾਂਜੀ ਕਾਹਦੀ ਦੁਕਾਨ ਸੀ ਤੁਹਾਡੀ ਮੇਰਾ ਰਾਜ ਸਗਾ ਲੱਕੜੀ ਦਾ ਅੱਛਾ ਉਹ ਕੀ ਦੱਸਦਾ ਜੀ ਮੈਂ ਸੀ ਲੱਕੜੀ ਦਾ ਅੱਛਾ ਜੀ ਫਿਰ ਤੁਹਾਨੂੰ ਨੂਰ ਮੁਹੰਮਦ ਕੀ ਦੱਸਦਾ ਵੀ ਕਿੱਥੇ ਗਏ ਉਹ ਉਹ ਪਿੰਡੀ ਗਏ ਆ ਕੀ ਦੱਸਦਾ ਕਾਰੋਬਾਰ ਠੀਕ ਆ ਉਹਦੇ ਦੁਆਰੇ ਕਾਰੋਬਾਰ ਠੀਕ ਆ ਕਹਿੰਦਾ ਇੱਕ ਮੁੰਡਾ ਮੇਰਾ ਲੀਕ ਚਲੇ ਗਿਆ ਉਹ ਕੰਮ ਖਰਾਬ ਕਰ ਗਿਆ ਅੱਛਾ 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 ਚਲੋ ਮੁਰਗੇ ਚਿੱਠੀ ਪੱਤਰ ਆਉਂਦੇ ਬਾਅਦ ਦੇ ਵਿੱਚ ਚਿੱਠੀ ਕੋਈ ਨਹੀਂ ਆਈ ਉਹ ਵੀ ਚਲ ਗਿਆ ਉਰਦੂ ਚ ਹੋਣੀਆਂ ਚਿੱਠੀਆਂ ਨਾ ਜੀ ਹੈ ਉਰਦੂ ਚ ਲਿਖਿਆ ਕੋਈ ਚਿੱਠੀ ਮਿਲ ਸਕਦੀ ਹੁਣ ਹੁਣ ਨਹੀਂ ਮਿਲ ਸਕਦੀ ਉਹ ਅੱਛਾ ਉਹ ਪਿੰਡ ਆਇਆ ਸੀ ਨੂਰ ਮੁਹੰਮਦ ਜੀ ਹਾਂ ਪਿੰਡ ਆਇਆ ਸੀ ਕੀ ਮੇਰੇ ਕੋਲ ਆ ਉੱਥੇ ਸ਼ਾਇਦ ਅੱਛਾ ਚਲੋ ਪਿੰਡ ਆ ਗਏ ਪਿੰਡਾਂ 'ਚ ਘੁੰਮ ਕੰਮ ਕਰੇ ਨਾ ਜਿੱਥੇ ਮੁਸਕਾ ਮਤਲਬ ਅਸੀਂ ਮੁਹੱਬਤ ਸੀ ਅੱਛਾ ਜੀ ਉੱਥੇ ਉੱਥੇ ਘੁੰਮ ਕੇ ਤੇ ਰਾਤ ਸ਼ਾਮ ਨੂੰ ਮੇਰੇ ਕੋਲ ਆ ਜਾਂਦਾ ਸੀ ਉੱਥੇ ਰਹਿੰਦਾ ਸੀ ਨਹੀਂ ਪਿੰਡ ਆ ਗਏ ਉਹਨੇ ਕੀ ਮਹਿਸੂਸ ਕੀਤਾ ਫਿਰ ਰੋਇਆ ਹੋਣਾ ਬਹੁਤ ਓਏ ਹੁੰਦਾ ਹੀ ਆਪਣੇ ਘਰ ਦਾ ਜਿਹੜਾ ਹੁੰਦਾ ਠੀਕ ਠੀਕ ਲੈ ਵਧੀਆ ਸੀਗਾ ਤੁਹਾਡਾ ਮੇਲ ਜੋਲ 47 ਤੋਂ ਪਹਿਲਾਂ ਮੁਸਲਮਾਨਾਂ ਨਾਲ ਬਹੁਤ ਵਧੀਆ ਸੀ ਬਹੁਤ ਚੰਗੇ ਮੁਸਲਮਾਨ ਸੀ ਸਾਡਾ ਉਹ ਕੰਮ ਕਰਦੇ ਸੀ ਦੁਹਾਰਾ ਖਾਣਾ ਇਹਦੇ ਕੰਮ ਕਰਦੇ ਸਾਡਾ ਬਹੁਤ ਵਧੀਆ ਦੁਹਾਰ ਸੀ ਕੋਈ ਮਤਲਬ ਵੈਰ ਭਾਵ ਨਹੀਂ ਸੀ ਹਾਏ 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 ਰੱਬ ਰੱਬ ਕਰੋ ਅੱਛਾ 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 ਜਦੋਂ ਰੌਲੇ ਪੈ ਗਏ ਹਾਂਜੀ ਬੜਿਆ ਪਿੰਡਾਂ 'ਚ ਵੱਢ ਟੁੱਕ ਹੋਈ ਤੁਹਾਡੇ ਪਿੰਡ ਦਾ ਕੀ ਹਾਲ ਰਿਹਾ ਸਾਡੇ ਪਿੰਡ 'ਚ ਕੋਈ ਵੱਧ ਟੁੱਕ ਨਹੀਂ ਸਹੀ ਸਲਾਮਤ ਗਏ ਸਹੀ ਸਲਾਮਤ ਗਏ ਇੱਕ ਲੜਕੀ ਦੋ ਮੁੰਡੇ ਅਤੇ ਇੱਕ ਬੁੱਢੀ ਹਾਂਜੀ ਉਹ ਮੇਰੇ ਨੂਰ ਮੁਹੰਮਦ ਦੇ ਦੋਸਤ ਦੇ ਕੈਫੇ ਯੂਨੀਵਰਸਿਟੀ ਦਾ ਸਿਰਾ ਇੱਕ ਆਦਮੀ ਅੱਛਾ ਉਹਦੇ ਸੀਗੇ ਉਹ ਆਪ ਨਰਿਆ ਉਹ ਵਿਚਾਰੇ ਰਹਿ ਗਏ ਅੱਛਾ ਉਹਨਾਂ ਨੂੰ ਸਾਡੇ ਹਵਾਲੇ ਕਰ ਗਿਆ ਨੂਰ ਮੁਹੰਮਦ ਅੱਛਾ ਉਹ ਕਾਸੋਰੀ ਬਸੀ ਦੇ ਸੀ ਉਹ ਨਿਆਣੇ ਕਾਸੋਰੀ ਬਸੀ ਦੇ ਸੀ ਉਹਦੀ ਰਿਸ਼ਤੇਦਾਰ ਸੀ ਉਹ ਅੱਛਾ ਹਾਂਜੀ ਉਹ ਇੱਕ ਜਨਾਨੀ ਉਹਦੀ ਕੁੜੀ ਹਾਂ ਦੋ ਮੁੰਡੇ ਉਹ ਤਾਂ ਤੁਸੀਂ ਸਾਂਭੇ ਫਿਰ ਬਾਅਦ 'ਚ ਉਹ ਫਿਰ ਚਲੇ ਇੱਥੇ ਫਿਰ ਅਸੀਂ ਕੋਸ਼ਿਸ਼ ਦੇ ਪਿੰਡਿਆਂ ਦੀ ਬੜੀ ਗੌਰ ਕੀਤੀ ਮਾਰਨੇ ਦੀ ਅਸੀਂ ਡਾਹ ਨਹੀਂ ਦਿੱਤੀ ਇਸ ਗੱਲ 'ਤੇ ਜੀ ਤੁਹਾਨੂੰ ਸਲਾਮ ਕਰਦੇ ਹਾਂ ਇਹ ਤੁਸੀਂ ਬਹੁਤ ਵਧੀਆ ਕੰਮ ਕੀਤਾ ਉਹਨਾਂ ਵੇਲਿਆਂ 'ਚ ਤੁਸੀਂ ਬਚਾਏ ਫਿਰ ਕੋਈ ਮਾਰਨ ਆਇਆ ਉਹਨਾਂ ਨੂੰ ਮਾਰਿਆ ਜੀ ਆਏ ਬਸੇਰੇ ਪਰ ਅਸੀਂ ਨਾ ਲੁਕੋ ਛੱਡੇ ਇੱਕ ਦਿਨ ਰਾਤ ਨੂੰ ਨੇੜੇ ਤੜ ਕੇ ਉੱਠ ਕੇ ਮੇਰਾ ਭਰਾ ਲੈ ਗਿਆ ਅੱਛਾ ਜੀ ਸਾਡੀ ਕੱਕੋਂ ਪੈਂਦੀ ਆ ਹਾਂਜੀ ਕੱਕੋਂ ਨਾਲ ਹੀ ਆ ਜੀ ਹਾਂ ਹਾਂਜੀ ਸੱਜੇ ਪਾਸੇ ਇਹਦੋਂ ਜਾਂਦੇ ਸੱਜੇ ਪਾਸੇ ਕਮਾਦ ਦੇ ਵਿੱਚ ਹਾਂਜੀ ਲੁਕੇ ਉਹ ਬੈਠ ਗਏ ਠੀਕ ਹੈ ਜੀ ਲੁਕੇ ਉਹ ਬੈਠ ਗਿਆ ਕੁਦਰਤੀ ਦੋ ਮੁਸਲਮਾਨ ਛਪਾਈ ਹਾਂਜੀ ਅਤੇ ਇੱਕ ਨਾਲ ਪਿੰਡ ਆ ਜੀ ਜੀ ਇਹ ਤਿੰਨ ਆਏ ਅਤੇ ਮੇਰੇ ਭਰਾ ਨੇ ਇਸ਼ਾਰਾ ਕੀਤਾ ਅੱਛਾ ਅਤੇ ਬਾਹਰ ਉਹ ਆਏ ਠੀਕ ਹੈ ਜੀ ਆਏ ਤਾਂ ਫਿਰ ਉਹ ਨਿਆਣੇ ਜਿਹੜੇ ਸੀਗੇ ਅੱਛਾ ਉਹ ਬਾਹਰ ਕੱਢੇ ਅੱਛਾ ਉਹ ਕਹਿਣ ਲੱਗੇ ਜੀ ਵੀ ਇਹਦਾ ਮਾਂ ਪਿਓ ਜਿਹੜੇ ਆ ਉਹ ਜਿਹੜਾ ਬਣਿਆ ਸੀ ਇੱਥੇ ਕੈਂਪ ਕੈਂਪ ਅਤੇ ਉਹ ਕੈਂਪ ਚੱਲ ਗਿਆ ਆ ਇਹ ਰਹਿ ਗਏ ਇਹ ਰਹਿ ਗਏ ਇਹਨਾਂ ਨੂੰ ਤੁਸੀਂ ਲੈ ਜਾਓ ਉਹਨਾਂ ਫਿਰ ਪੁੱਛਿਆ ਵੀ ਤੁਹਾਨੂੰ ਕੋਈ ਦੁੱਖ ਨਹੀਂ ਕਹਿੰਦੇ ਸਾਨੂੰ ਕੋਈ ਦੁੱਖ ਨਹੀਂ ਇਹੀ ਸਾਨੂੰ ਮੇਲ ਬਚਾਇਆ ਤੁਹਾਡੇ ਭਰਾ ਦਾ ਕੀ ਨਾਂ ਸੀ ਉਸਦਾ ਫਕੀਰ ਚੰਦ ਲਓ ਜੀ ਫਕੀਰ ਚੰਦ ਉਹਨਾਂ ਨੂੰ ਵੀ ਸੱਜਦਾ ਜੀ ਚੰਗੇ ਬੰਦੇ ਹੋਣਗੇ ਉਹ ਅਤੇ ਉਹ ਫਿਰ ਛੱਡ ਕੇ ਅਤੇ ਫਿਰ ਆ ਗਿਆ ਜੀ ਜੀ ਅਤੇ ਜਾਣ ਲੱਗੇ ਤੁਹਾਨੂੰ ਮਿਲ ਕੇ ਗਿਆ ਨੂਰ ਮੁਹੰਮਦ ਹੋਣੀ ਹਾਂ ਮੇਰੇ ਕੋਲ ਰਹਿੰਦੇ ਰਹੇ ਆ ਅੱਛਾ ਫਿਰ ਚੁਣ ਕੇ ਪਿੰਡਾਂ ਚਲ ਗਿਆ ਜਿੱਥੇ ਉਹਦੀ ਮੁਹੱਬਤ ਸੀ ਨਹੀਂ ਨਹੀਂ 47 ਵੇਲੇ ਦੀ ਗੱਲ ਕਰਦਾ ਜਦੋਂ ਰੌਲੇ ਪਏ ਹੋ ਸੀਗੇ ਹਾਂ ਉਦੋਂ ਤੁਹਾਨੂੰ ਮਿਲ ਕੇ ਗਏ ਉਹ ਹਾਂ ਮਿਲ ਗਏ ਅਸੀਂ ਤਾਂ ਛੱਡ ਕੇ ਪਹਿਲੇ ਚਲ ਗਏ ਸੀ ਫਿਰ ਮਿਲਜੀ ਆ ਗਈ ਅੱਛਾ ਜੀ ਫਿਰ ਮਿਲਜੀ ਆ ਗਈ ਫਿਰ ਮੈਂ ਦੌੜ ਕੇ ਜਾ ਕੇ ਉਹਨੂੰ ਲਿਆ ਆਪਣੇ ਖੇਤਾਂ 'ਚ ਮੋੜ ਕੇ ਅੱਛਾ ਜੀ ਉਹ ਗੱਡੀ 'ਚ ਗਏ ਤੁਸੀਂ ਖੇਤਾਂ 'ਚ ਲੁਕੋਇਓ ਸੀ ਉਹ ਨਹੀਂ ਅੱਛਾ ਜੀ ਸ਼ਹਿਰ ਨੂੰ ਜਾਂਦੇ ਸੀ ਉਹ ਅੱਛਾ ਤੁਰਿਓ ਸੀ ਹਾਂ ਸ਼ਹਿਰ ਨੂੰ ਤੁਰਿਓ ਪਿੱਛੋਂ ਮਿਲਟਰੀ ਦੀ ਗੱਡੀ ਆ ਗਈ ਤੁਹਾਡੇ ਪਿੰਡ ਹਾਂ ਤੁਸੀਂ ਦੌੜ ਕੇ ਜਾ ਕੇ ਉਹਨਾਂ ਨੂੰ ਬਾਜ਼ ਮਾਰੀ ਵੀ ਆ ਜਾਓ ਗੱਡੀ 'ਚ ਜਾਓ ਹਾਂ ਵਾਹ ਜੀ ਵਾਹ ਉਹ ਫਿਰ ਚੱਲ ਗਿਆ ਜਦੋਂ ਮੁੜ ਕੇ ਆਇਆ ਗੱਲਾਂ ਯਾਦ ਕਰਦਾ ਹੋਣਾ ਕਿ ਤੁਸੀਂ ਕਿੰਨੀ ਮਾਤ ਕੀਤੀ ਸੀਗੀ ਵਾਹ ਜੀ ਵਾਹ ਵਾਹ ਜੀ ਵਾਹ ਹੋਰ ਸੁਣਾਓ ਕਿ ਉਹਨਾਂ ਦਾ ਰਹਿਣ ਸਹਿਣ ਗੱਲਬਾਤ ਮੇਲ ਜੋਲ ਬਹੁਤ ਅੱਛਾ ਜੀ 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 ਹਾਂਜੀ ਠੀਕ ਉੱਦਾਂ ਬਾਹਰੋਂ ਵੀ ਕੋਈ ਹਮਲਾ ਕਰਨ ਵਾਲਾ ਨਹੀਂ ਆਇਆ ਇੱਥੇ ਇਹ 'ਚ ਬਾਹਰੋਂ ਨਹੀਂ ਆਇਆ
ਠੀਕ 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 ਬਾਹਰੋਂ ਕੋਈ ਨਹੀਂ ਆਇਆ। ਇੱਥੇ ਕੋਈ ਮਸਜਿਦ ਸੀ ਉਹਨਾਂ ਦੀ? ਮਸਜਿਦ ਇੱਥੇ ਮਸਜਿਦ ਕੋਈ ਨਹੀਂ ਸੀ, ਬਾਗਪੁਰ ਸੀ। ਬਾਗਪੁਰ ਤਾਂ ਹੈਗੀ ਰੋਡ ਤੇ ਜਿਹੜੀ ਆ, ਕਹਿੰਦੇ 47 ਚ ਬਣੀ ਸੀ ਉਹ, 46 47 ਚ ਉੱਥੇ ਬਜ਼ੁਰਗ ਨੂੰ ਮਿਲ ਕੇ ਆਇਆ। ਹਾਂਜੀ, ਕਹਿੰਦਾ ਹਾਲੇ ਨਵੀਂ ਨਵੀਂ ਬਣੀ ਸੀ ਜਦੋਂ ਰੌਲੇ ਪੈ ਗਏ। ਹਾਂਜੀ ਹਾਂਜੀ। ਚਲੋ ਬਜ਼ੁਰਗ, ਹੋਰ ਕੋਈ ਪੁਰਾਣੀ ਇੱਦਾਂ ਦੀ ਗੱਲ ਸੁਣਾਓ। ਜਿਹੜੇ ਬਸੀ ਕਾਸੋ ਦੇ ਤੁਸੀਂ ਲੁਕੋ ਕੇ ਰੱਖੇ, ਕਿੰਨੇ ਦਿਨ ਰੱਖੇ ਸੀ ਉਹ? 8 ਆਦਮੀ ਰੱਖੇ ਸੀ, ਪਹਿਲੇ 2 ਆਦਮੀ ਸੀਗੇ ਜਿਹੜੇ ਉਹਨਾਂ ਨੂੰ ਮਾਰਨ ਨੂੰ ਫਿਰਦੇ ਸੀ, ਇੱਕ ਫੈਰੀਆਂ ਦਾ ਸੀ, ਇੱਕ ਜੱਟਾਂ ਦਾ ਸੀ। ਆਏ ਜਿੰਨਾ ਲਾਇਆ ਚੱਕੇ ਦੇ ਘਰ ਉੱਥੇ ਬਾਹਰ ਦਿੱਤੇ। ਜੀ ਜੀ ਜੀ। ਪੈਂਦੇ ਆਏ, ਜਦ ਸਾਰੇ ਦੇਖੇ ਉੱਥੇ ਜਿੰਦਾ ਲੱਗਾ, ਇੱਥੇ ਜਿੰਦਾ ਲੱਗਾ। ਕਿਹਾ ਜਿੰਦਾ ਪਿਓ? ਮੈਂ ਕਿਹਾ ਜਿੰਦਾ ਪਿਓ ਰਿਹਾ ਕੀ ਪਤਾ, ਨੁਕਸਾਨ ਕਹੂਗਾ ਵੀ ਮੇਰਾ ਇੰਨਾ ਨੁਕਸਾਨ ਹੋ ਗਿਆ। ਅੱਛਾ। ਫਿਰ ਉਹ ਕਹੇ, ਮੈਂ ਕਿਹਾ ਸ਼ਾਮੀ ਆ ਜਾਇਓ, ਜਿੰਦਾ ਖੋਲ ਜਾਣਾ ਚਾਬੀ ਖੋਲ। ਫਿਰ ਉਹ ਚਲ ਗਏ, ਤੁਸੀਂ ਵੀ ਕੱਢ ਲਏ। ਅਸੀਂ ਮੈਂ ਮਗਰੋਂ ਜਿੰਦਾ ਖੋਲ ਕੇ ਮਗਲੇ ਪਾਸੇ ਫਸਾਂ, ਅਸੀਂ ਫਸਾਂ ਬਾਹਰ 2 ਦਿਨ ਫਸਲਾਂ ਚ ਰੱਖੇ ਸੀ, ਨਾਲ ਸਾਡਾ ਖੇਤ ਸੀ। ਫਿਰ ਲੈ ਗਏ ਉਹਨਾਂ ਨੂੰ, ਮੌਕਾ ਲੱਗਾ ਲੈ ਗਏ। ਠੀਕ 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 ਠੀਕ। ਚਲੋ ਜੀ, ਤੁਸੀਂ ਉਹ ਉਦੋਂ ਉਹਨਾਂ ਦਾ ਕਾਰਖਾਨਾ ਕਿੱਥੇ ਹੁੰਦਾ ਸੀਗਾ ਪਿੰਡ ਦੇ ਵਿੱਚ? ਕਿਹਦਾ ਦਾ? ਇਹ ਨੂਰ ਮੁਹੰਮਦ ਹੋਣਾ ਦਾ ਜਾਂ? ਆਹ ਸਾਹਮਣੇ ਘਰ ਉਹਨਾਂ ਦਾ ਸੀ। ਇਹ ਹੁਣ ਘਰ ਜਿਹੜਾ ਸਾਹਮਣੇ ਆ? ਆਹੋ ਅਕਸਰ ਮਿਲਦੇ ਹੁੰਦੇ ਸੀ? ਮਿਲਦੇ ਹੁੰਦੇ ਸੀ, ਉਹ ਕੰਮ ਵੀ ਸਾਡਾ ਕਰਦੇ ਸੀ, ਕੰਮ ਕਰਾਉਣ ਜਾਂਦੇ ਸੀ। ਜੀ 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 ਜੀ। ਬਜ਼ੁਰਗੋ, ਬਹੁਤ ਚੰਗੀ ਗੱਲ ਸੁਣਾਈ ਤੁਸੀਂ, ਬਹੁਤ ਚੰਗੀ ਗੱਲ ਸੁਣਾਈ। ਹੋਰ ਕੋਈ ਗੱਲਬਾਤ ਸੁਣਾਓ ਪੁਰਾਣੀ, ਜਿਹੜੀ ਨਾ ਭੁੱਲਦੀ ਹੋਵੇ ਤੁਹਾਡੀ ਦੋਸਤੀ ਦੀ, ਪਿਆਰ ਦੀ। ਤੁਹਾਡੇ ਪਿੰਡ ਦਾ ਕਿੰਨਾ ਕੁ ਨਾਮ ਕੱਢਿਆ ਸੀ ਨੂਰ ਮੁਹੰਮਦ ਨੇ? ਸਾਡੇ ਪਿੰਡ ਨੇ ਨਾਂ ਕੱਢਿਆ, ਸਾਡੇ ਇੱਕ ਹੁੰਦਾ ਸੀਗਾ ਚੀਰਾ ਦਾ ਮੁੰਡਾ। ਅੱਛਾ ਜੀ। ਸੀਗਾ ਛੋਟਾ ਜੀ। ਜੀ ਜੀ। ਉਸ ਮਿੱਟੀ ਦੀ ਬੋਰੀ ਭਰ ਕੇ ਨਾ, ਹਾਂਜੀ ਹਾਂਜੀ, 6 ਮਣੀ ਮਿੱਟੀ ਬੋਰੀ ਭਰ ਕੇ ਗੱਡੇ 'ਤੇ ਲੱਗ ਕੇ ਉੱਥੇ ਰੱਖੀ। ਠੀਕ ਹੈ ਜੀ। ਉਸੇ ਰਾਜਨੀਤੀ ਇੱਕ ਦੋ ਹਲਾਈ ਫਲਾਈ ਨੇ ਛੱਡ ਕੇ ਚਲੇ ਗਏ। ਅੱਛਾ ਜੀ। ਕਿਹ ਨਹੀਂ ਚੱਕੀ, ਫਿਰ ਉਹ ਕਹਿਣਗੇ ਵੀ ਜਿਸਨੇ ਬੋਰੀ ਭਰ ਕੇ ਰੱਖੀ ਆ ਉਹ ਚੱਕੇ ਆ ਕੇ। ਅੱਛਾ ਜੀ। ਫਿਰ ਉਹ ਛੱਡ ਗਿਆ, ਉਹਨੂੰ ਜਿਹੜੀ ਦੇ ਕੇ ਬੈਠ ਗਿਆ। ਅੱਛਾ ਜੀ। ਬੈਠ ਕੇ ਜੱਫੀ ਪਾ ਕੇ ਮੁੰਡੇ 'ਤੇ ਰੱਖੀ। ਵਾਹ ਜੀ ਵਾਹ। ਮੁੰਡੇ 'ਤੇ ਰੱਖ ਕੇ ਗੋਡਿਆਂ 'ਤੇ ਹੱਥ ਰੱਖ ਕੇ ਉੱਠ ਕੇ ਖੜਾ ਹੋ ਗਿਆ। ਨੂਰ ਮੁਹੰਮਦ ਜੀ ਕਿਹੜੀਆਂ ਖੇਡਾਂ ਖੇਡਦੇ ਸੀਗੇ? ਬਸ ਖੇਡਾਂ ਖੇਡਦਾ ਸੀ। ਵਿਆਹ ਸੀ? ਵਿਆਹ ਸੀ ਉਹ? ਵਿਆਹ ਸੀ। ਦੋ ਮੁੰਡੇ ਸੀ। ਕਿਹੜੇ ਪਿੰਡ? ਕਿਹੜੇ ਪਿੰਡ ਵਿਆਹ? ਉਹ ਵਿਆਹ ਸੀ, ਹਾਂ, ਭਾਗੋਵਾਲ। ਭਾਗੋਵਾਲ ਨੇੜੇ ਹੀ ਆ ਫਿਰ? ਠੀਕ 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 ਠੀਕ। ਖਾਣਾ ਪੀਣਾ ਕੋਈ ਦੋਸਤੀ ਪੱਕੀ? ਉਹ ਕੰਮ 'ਤੇ ਜਾਂਦਾ ਹੁੰਦਾ ਸੀ, ਅਸੀਂ ਸਕੂਲੇ ਜਾਂਦੇ ਸੀ। ਉਹ ਕੰਮ 'ਤੇ ਇਹੀ ਕੰਮ ਕਰਦਾ ਸੀ ਨਾ ਉਹ ਇਹ ਕੰਮ ਸੀ ਰਾਮ ਜੀ ਰਾਮ ਕੁਮਾਰ ਦਾ ਹਾਤਾ ਸੀਗਾ ਸ਼ਹਿਰ। ਕਿਹਦਾ ਜੀ? ਰਾਮ ਕੁਮਾਰ ਦਾ। ਰਾਮ ਕੁਮਾਰ? ਰਾਮ ਕੁਮਾਰ, ਰਾਮ ਗੋਪਾਲ ਦਾ। ਹਾਂ ਹਾਂ। ਤੁਹਾਡੀ ਵੀ ਉਮਰ ਤੁਹਾਨੂੰ ਚੇਤਾ ਜੀ? ਨਹੀਂ ਨਹੀਂ, ਇਹਦਾ ਤਾਂ ਸੁਣਿਆ। ਉਹ ਉੱਥੇ ਕੰਮ ਕਰਦਾ ਸੀ? ਉੱਥੇ ਲੋਹਾਰੇ ਦਾ ਕੰਮ ਕਰਦਾ ਰਿਹਾ, ਉਹਦੀ ਉਮਰ ਉੱਥੇ ਚਲ ਗਈ। ਉਹ ਫਿਰ ਜਾਣ ਲੱਗੇ ਨੂੰ ਕਹਿਣ ਵੀ ਲੱਗੇ ਵੀ ਤੁਸੀਂ ਸਾਡੇ ਕੋਲ ਰਹੇ, ਅਸੀਂ ਇੱਥੇ ਰੱਖਦੇ ਹਾਂ। ਅੱਛਾ ਜੀ। ਉਹ ਕਹਿੰਦਾ ਹੁਣ ਸਾਰੇ ਚੱਲ ਗਏ, ਨਹੀਂ ਮੈਂ ਕੀ ਕਰੂੰਗਾ ਪਿੱਛੇ, ਹੈ ਨਾ ਜੀ। ਚਲੋ, ਜਿਹੜੇ ਉਹ ਬੰਦੇ ਗਏ ਕੋ ਉਧਰੋਂ ਆਇਆ ਵੀ ਫਿਰ ਤੁਹਾਡੇ ਪਿੰਡ? ਕੋਈ ਉਹੀ ਆਇਆ, ਹੋਰ ਕੋਈ ਨਹੀਂ ਆਇਆ। ਨਹੀਂ ਨਹੀਂ, ਉੱਦਾਂ ਬਾਹਰ 'ਚੋਂ ਬੰਦੇ ਆਏ ਕੁਛ? ਬਾਹਰ 'ਚੋਂ? ਬਾਹਰ 'ਚੋਂ? ਬਾਹਰ 'ਚੋਂ ਸਾਡੇ ਪਿੰਡ ਦੇ ਬੰਦੇ ਆਏ ਆ। ਕਿਹੜੇ ਪਿੰਡ ਬੈਠੇ ਹੋ? ਉਹ ਇੱਥੇ ਆਪਣੇ ਪਿੰਡ ਬੈਠੇ, ਇੱਥੋਂ ਗਏ ਸੀ, ਇੱਥੇ ਆ ਬੈਠੇ ਆ। ਅੱਛਾ ਅੱਛਾ। ਕਿਹੜੀ ਬਰਾਦਰੀ ਦੇ ਸੀ? ਸੈਣੀ। ਅੱਛਾ, ਇਹਦਾ ਮਤਲਬ ਇੱਥੇ ਜ਼ਮੀਨਾਂ ਵਾਲੇ ਹੋਣਗੇ ਮੁਸਲਮਾਨ? ਹਾਂ, ਜ਼ਮੀਨਾਂ ਆਏ ਸੀਗੇ ਉਹ। ਇਹ ਜਿਹੜੇ ਮੁਸਲਮਾਨੇ ਸੀ, ਹਿੰਦੂ ਵੀ ਸੀਗੇ। ਅੱਛਾ 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 ਅੱਛਾ। ਉਹਨਾਂ ਨੂੰ ਜ਼ਮੀਨ ਕਿਹੜੀ ਮਿਲੀ ਫਿਰ? ਕਿਹਨਾਂ ਦੀ ਜ਼ਮੀਨ ਮਿਲੀ? ਨਹੀਂ ਨਹੀਂ, ਉਹਦੇ ਹੈ ਨਹੀਂ ਸੀ, ਉਹਦੇ ਮਾਮਲੇ ਬਾਉਂਦੇ ਸੀ। ਅੱਛਾ, ਇੱਦਾਂ ਆ ਗਏ ਇੱਥੇ? ਇੱਦਾਂ ਆਪਣੀ ਜ਼ਮੀਨ ਸੀ ਉਹਦੇ ਜਾ ਕੇ ਇੱਦਾਂ ਆ ਗਏ। ਠੀਕ ਆ ਠੀਕ ਆ ਠੀਕ ਆ। ਚਲੋ ਬਜ਼ੁਰਗੋ, ਐਂ ਦੱਸੋ ਜੀ ਕਿ ਇੰਨੇ 70 ਸਾਲਾਂ ਬਾਅਦ
ਨੂਰ ਮੁਹੰਮਦ ਦਾ ਚਿਹਰਾ ਚੇਤੇ ਆ ਹੈ, ਉਹਦੀ ਸ਼ਕਲ ਚੇਤੇ ਆ, ਆਪਣੇ ਦੋਸਤ ਦੀ ਸ਼ਕਲ ਤਾਂ ਹੈ, ਸ਼ਕਲ ਦਾ ਚੇਤੇ, ਸ਼ਕਲ ਤਾਂ ਨਹੀਂ ਬੋਲੀ ਪਰ ਉਹ ਤਾਂ ਹੈ ਨਹੀਂ ਨਾ। ਤੈਨੂੰ ਲੱਗਦਾ ਕਿ ਹੋਊਗਾ? ਹੈ, ਹੋ ਸਕਦਾ ਹੋਵੇ, ਹੋ ਕੀ ਪਤਾ। ਅੱਛਾ 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 ਅੱਛਾ, ਚਲੋ ਕੋਈ ਹੋਰ ਸੁਨੇਹਾ ਦੇਣਾ ਹੋਵੇ, ਜੇ ਕੋਈ ਮੰਨ ਲਓ ਤੁਹਾਡੇ ਪਿੰਡ ਦਾ ਬੰਦਾ ਪਾਕਿਸਤਾਨ ਦੇ ਵਿੱਚ, ਪਾਕਿਸਤਾਨ ਸਾਡੇ ਬੰਦੇ ਸਾਰੇ ਜਾ ਗਏ? ਨਹੀਂ 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 ਨਹੀਂ, ਜਿਹੜੇ ਮੁਸਲਮਾਨ ਇੱਥੋਂ ਗਏ ਸੀ, ਮੁਸਲਮਾਨ ਗਏ, ਉਹ ਜੇ ਉਹਨਾਂ 'ਚੋਂ ਕੋਈ ਹੋਵੇ ਅੱਗੇ ਤੋਂ ਅੱਗੇ ਕੋਈ ਉਹਨਾਂ ਦੀ ਔਲਾਦ, ਉਹ ਜੋ ਸਾਨੂੰ ਕੀ ਪਤਾ ਕੀ ਕਰਦੇ ਕੀ ਨਹੀਂ ਕਰਦੇ। ਮੈਂ ਤੁਸੀਂ ਕੋਈ ਆਪਣਾ ਸੁਨੇਹਾ ਦਿਓ, ਤੁਹਾਨੂੰ ਯਾਦ ਕਰਦੇ ਹਾਂ ਕਿੱਦਾਂ ਦੇ ਬੰਦੇ ਸੀ? ਨਾ ਯਾਦ ਕਰਦੇ ਤਾਂ ਉਹ ਕਿਹੜਾ ਸੁਣਦੇ ਆ, ਜਾਂ ਕਰਦੇ ਸਾਨੂੰ ਸੁਣਗੇ 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 ਹਾਂ, ਅਸੀਂ ਯਾਦ ਕਰਦੇ ਰਹਿੰਦੇ ਹਾਂ। ਅੱਛਾ ਜੀ, ਆਪਣੇ ਦੋਸਤਾਂ ਨੂੰ ਯਾਦ ਕਰਦੇ ਹਾਂ, ਜਿਹੜੇ ਸਾਡੇ ਨਾਲ ਹੈ ਖੇਡਦੇ ਰਹੇ ਖਿਲਾਉਂਦੇ ਰਹੇ ਉਹਨਾਂ ਨੂੰ ਯਾਦ ਕਰਦੇ ਹਾਂ। ਚਲੋ ਤੁਹਾਡੇ ਨਾਲ ਦੇ ਪਿੰਡ ਕਿਹੜੇ ਕਿਹੜੇ ਆ ਜੀ? ਜੇ ਨਾਲ ਦੇ ਪਿੰਡਾਂ ਦੇ ਨਾਂ ਲੈਣੇ ਹੋਣ, ਹੱਦ ਲੱਗਦੀ ਆ ਹੱਦ, ਨਵੇਂ ਘਰ ਜੀ, ਬਾਗਪੁਰ ਜੀ, ਕਿਹੜੇ ਸਾਂਚੇ ਭਰਤੀ ਹੋਏ ਸੀ? ਸਾਨੂੰ ਇਨਕੁਆਇਰੀ ਚ ਚਿੱਠੀਆਂ ਆਈਆਂ ਸੀ ਸਾਨੂੰ। ਤੁਸੀਂ ਭਰਤੀ ਹੋ ਗਏ? ਭਰਤੀ ਹੋ ਗਏ। ਫਿਰ ਕਿਹੜੀ ਲੜਾਈ ਲੜੀ? ਲੜਾਈ ਲੜੀ ਜੀ, ਇੱਥੋਂ ਅਸੀਂ ਚਲ ਗਏ, ਇੱਥੇ ਮੁਸਲਮਾਨਾਂ ਦਾ ਬੰਦਾ ਸੀਗਾ ਜੀ ਜੀ, ਉਹ ਮੇਰਾ ਨਾਲ ਖਾਧਾ ਕਾਂਗਰਸ ਦੇ ਮੁੰਡਿਆਂ ਨੇ, ਉਹਨਾਂ ਨੂੰ ਪਤਾ ਸੀ ਦੌੜ ਦਾ, ਮੈਂ ਖਾਇਆ ਨੀ। ਉਹ ਮੁਸਲਮਾਨ ਮੁਸਲਮਾਨ ਹੌਲਾ ਨੂੰ ਲੈ ਕੇ ਟੋਲਦਾ ਫਿਰਦਾ ਸੀ ਵੀ ਉਹ ਕਿਹੜਾ ਲਾਹੌਰੀ ਆਵੇ ਜਿਨ ਦੌੜਨਾ। ਅੱਛਾ ਜੀ। ਮੈਂ ਉਹਦੇ ਜਿਹੜਾ ਹਲਕਾ ਸੀਗਾ ਦੌੜਦਾ ਹੁੰਦਾ ਸੀਗਾ ਮੈਂ, ਠੀਕ ਹੈ ਜੀ, ਅਤੇ ਮੈਨੂੰ ਟੋਲਦੇ ਫਿਰਦੇ ਨੂੰ ਆ ਕੇ ਸਾਡੀ ਸੈਕਸ਼ਨ 'ਚ ਆ ਕੇ ਦੇਖ ਲਿਆ, ਕਹਿੰਦੇ ਤੂੰ, ਮੈਂ ਕਿਹਾ ਹਾਂ, ਕਹਿੰਦਾ ਨਾਲ ਖਾਇਆ, ਮੈਂ ਕਿਹਾ ਮੈਂ ਨਹੀਂ ਲਿਖਾਇਆ, ਕਹਿੰਦਾ ਲਿਖਿਆ, ਕਹਿੰਦੇ ਮੈਂ ਕਿਹਾ ਲਿਖਾ ਤਾ ਹੋਊਗਾ, ਨਾ ਮੈਂ ਕਿਹਾ ਲਿਖਾਇਆ, ਨਾ ਮੈਂ ਦੌੜਦਾ, ਨਾ ਮੈਂ ਦੌੜਨਾ। ਪਹਿਲਾਂ ਤੋਂ ਲੈ ਕੇ ਸਿਰ ਦੇ ਦੇਖ ਦੇ ਦੇਖ ਦੇ ਦੇਖ ਕੇ ਕਹਿਣਗੇ ਮੂੰਗੀ ਮਸਲ ਦਾਲ ਖਾਇਆ ਨੀ ਕੀ ਦੌੜਨਾ। ਅੱਛਾ, ਮੈਨੂੰ ਵਿਆਹ ਕੇ ਲੱਗ ਗਿਆ, ਮੈਂ ਬੋਲ ਨਹੀਂ ਸਕਿਆ ਕੱਖ ਵੀ। ਅੱਛਾ ਜੀ। ਜੋ ਜਾ ਗਿਆ ਮੈਂ ਫਿਰ ਹੌਲਦਾਰ ਨੂੰ, ਰਾਤ ਨੂੰ ਕਿਹਾ, ਮੈਂ ਕਿਹਾ ਮੇਰੀ ਰਿਪੋਰਟ ਆ, ਕਹਿੰਦਾ ਕੀ? ਮੈਂ ਕਿਹਾ ਇਹ ਜਮਨ ਰਾਤ ਨੂੰ ਸੂਬੇਦਾਰ ਨੂੰ ਦੱਸੂੰਗਾ। ਇੱਕ ਮੁੰਡਾ ਮੇਰੇ ਤੋਂ ਮੋਹਰੇ ਸੀ, ਕਹਿੰਦਾ ਤੈਨੂੰ ਕੀ ਤਕਲੀਫ ਹੈ? ਮੇਰਾ ਬਾਪ ਬਿਮਾਰ ਹੈ, ਮੈਂ ਛੁੱਟੀ ਚਾਹੀਦੀ ਆ। ਉਹ ਕਹਿੰਦਾ 4 ਦਿਨ ਛੁੱਟੀ, ਕੰਪਨੀ ਜਾਣ ਵਾਲੀ, ਜਲਦੀ ਆ ਜਾ। ਮੈਨੂੰ ਕਹਿੰਦਾ ਤੈਨੂੰ ਕੀ ਤਕਲੀਫ ਆ? ਮੈਂ ਕਿਹਾ ਮੈਨੂੰ ਤਕਲੀਫ ਜੀ, ਮੈਂ ਦੌੜਨਾ ਆ। ਕਹਿੰਦਾ ਪੁਰਾਣ ਸਗਾ ਫੌਜੀ? ਅੱਛਾ ਜੀ। ਕਹਿੰਦਾ ਦੌੜ ਫਿਰ? ਮੈਂ ਕਿਹਾ ਇੱਦਾਂ ਨਹੀਂ ਜੀ। ਕਿੱਦਾਂ? ਮੈਂ ਕਿਹਾ ਜੀ ਇੱਕ ਆਦਮੀ 2-4 ਮਿੰਟ ਵਾਸਤੇ ਮੈਨੂੰ ਮਾਰਸ ਵਾਸਤੇ ਚਾਹੀਦਾ। ਜਦੋਂ ਮਾਰਸ ਦਾ ਨਾਂ ਲਿਆ, ਉਸ ਵੇਲੇ ਕੁਆਟਰ ਮਾਰਸ ਨੂੰ ਸੱਦ ਕੇ ਬੋਤਲ ਤੇਲ ਦੀ ਮੰਗਵਾਤੀ। ਅੱਛਾ ਜੀ। ਲੰਗਰ ਕਮਾਂਡਰ ਸਾਹਿਬ ਕਹਿੰਦਾ ਜੋ ਖਾਂਦਾ ਨੀ ਦਿਓ ਖਾਣ ਨੂੰ, ਠੀਕ ਹੈ ਜੀ। ਕਹਿੰਦੇ ਮੀਟ ਦਾ ਖਾਂਦਾ ਨੀ ਖਾਣਾ ਇਹਨੂੰ ਪੀਆ। ਅੱਛਾ ਜੀ। ਕਹਿੰਦਾ ਜ਼ਮੀਨ ਖਾਂਦਾ ਨੀ ਦੁੱਧ ਦਿਓ, ਠੀਕ ਦੁੱਧ ਦਿੰਦੇ ਨੇ। ਅਤੇ ਸੈਕਸ਼ਨ ਕਮਾਂਡਰ ਸੀ, ਉਹ ਮੈਨੂੰ ਕਹਿਣ ਲੱਗਾ ਵੀ ਇੱਕ ਆਦਮੀ ਛੱਡ ਦੇ, ਪਕਾਈ ਸਵਾਰੀ ਦੇ ਮਾਸ ਕਰੇ, ਠੀਕ ਹੈ ਨੀ। ਫਿਰ ਮੈਂ ਕਿਹਾ ਜੀ ਇੱਕ ਹੋਰ ਰਾਜਾ, ਕਹਿੰਦੇ ਉਹ ਕਾਹਲੀ? ਮੈਂ ਕਿਹਾ ਸਾਡੇ ਨਾਲ ਦੌੜਨਾ, ਸਾਡੇ ਨਾਲ ਸਾਈਕਲ ਚਾਹੀਦਾ। ਉਹ ਕਹਿੰਦਾ ਸਾਈਕਲ ਦੌੜਨਾ ਕੀ ਟਾਈਮ ਦੌੜਨਾ ਪੈ ਗਿਆ ਮੈਨੂੰ? ਮੈਂ ਕਿਹਾ ਸਾਹਿਬ 10 ਮਿੰਟ ਦਾ ਨਾ ਆਇਆ, ਹੁਣ ਛਾਲ ਮਾਰੀਆਂ ਟੱਪ ਕੇ ਗਾਇਬ ਹੋ ਗਿਆ, ਜੇ ਮਰ ਜਾਣਾ ਪਿੱਛੇ ਦੌੜਦਿਆਂ ਨੇ। ਉਹ ਕਹਿੰਦਾ ਨਹੀਂ ਟੱਪਣਾ। ਮੈਂ ਕਿਹਾ ਟੱਪ ਸਕਦਾ? ਕਹਿੰਦਾ ਟੱਪੇਗਾ। ਮੈਂ ਕਿਹਾ ਹਾਂ। ਅੱਛਾ, ਦੂਏ ਦਿਨ ਸ਼ਾਮ ਨੂੰ ਖੇਡਣ ਦੇ ਟਾਈਮ ਗੋਬਜੀ ਨੂੰ 5-7 ਗੱਠਾਂ ਦਿੱਤੀਆਂ ਆ, ਬਨੈਣ ਪਾਈ ਹੋਈ, ਨਿੱਕਰ ਪਾਈ ਹੋਈ, ਪੈਰੀ ਚੱਪਲਿਆ, ਰੂਲ ਫੜਿਆ, ਤੇ ਆ ਗਿਆ। ਕਹਿੰਦਾ ਚੱਲ ਵੇ ਮਗਰ ਚਲੋ ਸਾਹਿਬ, ਮੋਰੇ ਮੋਰੇ ਹੋ ਮਗਰ ਮਗਰ ਮਾਰ ਮਾੜੀ ਛਾਲ ਪਾਰ ਹੋ ਗਿਆ। ਫਿਰ ਕਹਿੰਦਾ ਸਾਈਕਲ ਅਵਸ ਜਾਏਗਾ ਜੀ। ਫਿਰ ਸਾਡੇ ਨਾਲ ਸਾਈਕਲ ਗਿਆ, ਠੀਕ ਹੈ ਜੀ, ਸਾਈਕਲ ਗਿਆ, ਦੌੜ ਲੈ ਲਈ, ਅਤੇ ਮੈਂ ਬੇਹੋਸ਼ ਹੋ ਕੇ ਡਿੱਗ ਪਿਆ। ਤੁਸੀਂ? ਹਾਂ। ਅੱਛਾ ਜੀ। ਉਹ ਹੈ ਜੀ, ਮੈਂ ਤੁਹਾਡਾ ਡਾਕਟਰ ਚੱਕੋ ਆਉਂਦਾ,
ਉਹ ਆਇਆ ਜਿਹੜੇ ਰੋਈ ਪੈ ਗਏ ਹਿੰਦੂਆਂ ਦਾ ਲੈ ਗਿਆ ਮੰਦਰ ਕਿਸੇ ਡਾਕਟਰ ਸੀਗਾ ਹੈ ਚੱਕੋਵਾਲ ਦਾ ਅੱਛਾ ਉਹ ਜਿਹੜੇ ਪਤਾ ਲੱਗਾ ਵੀ ਹਿੰਦੂਆਂ ਦਾ ਮੁੰਡਾ ਲੈ ਗਿਆ ਦੌੜ ਉਹ ਵੀ ਸ਼ੌਕ ਦਾ ਦੌੜ ਆਇਆ ਉੱਥੇ ਹੁਣ ਦੇਖਿਆ ਵੀ ਇਹ ਤਾਂ ਪੰਜਾਬੀ ਪਿੰਡ ਆਇਆ ਅੱਛਾ ਜੀ ਫਿਰ ਉਸਨੇ ਮੇਰੀ ਬਾਂਹ ਦੇਖੀ ਮੈਨੂੰ ਤਾਂ ਪਤਾ ਨੀ ਮੁੰਡੇ ਦੱਸਦੇ ਆ ਹਾਂਜੀ ਕਹਿੰਦਾ ਹੈ ਠੀਕ ਪਰ ਜੋਰ ਖਾ ਗਿਆ ਅੱਛਾ ਜੀ ਕੋਈ ਫਿਕਰਦਾਰੀ ਗੱਲ ਨਹੀਂ ਠੀਕ ਫਿਰ ਜਿਹੜੇ ਮੈਨੂੰ ਹੋਸ਼ ਆਈ ਤਾਂ ਮੈਨੂੰ ਚੱਕਰ ਆਉਣ ਜੀ ਫਿਰ ਮੈਨੂੰ ਫੜ ਕੇ ਲੈ ਗਿਆ ਮੈਨੂੰ ਬੇਹੋਸ਼ੀ ਦੇ ਵਿਚਕਾਰ ਲੱਗੇ ਜਦੋਂ ਕਿਹਾ ਵੀ ਸਾਡਾ ਗੁਆਂਢੀ ਆ ਨਾ ਪੈਸੇ ਬਸੀ ਮਜ਼ਬੂਤ ਆਇਆ ਹੁਸ਼ਿਆਰਪੁਰ ਜ਼ਿਲ੍ਹਾ ਆ ਸਾਰੇ ਪਤਾ ਲੱਗ ਗਿਆ ਸੂਬੇਦਾਰ ਨੂੰ ਅਤੇ ਡਾਕਟਰ ਨੂੰ ਕਹਿੰਦਾ ਜੀ ਤੁਹਾਡਾ ਇਹ ਗੁਆਂਢੀ ਆ ਇਹਨੂੰ ਨਾਲ ਲਿਜਾਣਾ ਫਿਰ ਵੀ ਕੰਮ ਆਊਗਾ ਕਿਉਂ 6 ਮਹੀਨੇ ਖੇਲਾਂ ਹੁੰਦੀਆਂ ਅਤੇ ਸਾਡਾ ਕਿਉਂ ਦੂਸਰੇ ਮੁਲਕ ਦਾ ਅਫਸਰ ਹੁੰਦਾ ਸੀ ਬੈਠਾ ਆ ਨਾ ਆਪਣਾ ਕੌਮ ਦਾ ਹੋਵੇ ਤਾਂ ਕਹਿੰਦਾ ਇਹ ਕੌਮ ਇੱਦਾਂ ਦੀ ਕੋਈ ਹੀ ਨਹੀਂ ਇਹਦਾ ਠੀਕ ਠੀਕ ਇਹ ਕਹਿੰਦਾ ਫਿਰ ਵੀ ਕੰਮ ਆਊਗਾ ਇਹਨੂੰ ਨਾਲ ਲਿਜਾਣਾ ਇਹਦਾ ਇਲਾਜ ਗੌਰ ਨਾ ਕਰੋ ਫਿਰ ਇਲਾਜ ਕੀਤਾ ਫਿਰ ਕੰਪਨੀ ਜਿੱਦਣ ਗਈ ਇੰਸਟਰਕਸ਼ਨ ਹੁੰਦੀ ਸੀ ਮੈਨੂੰ ਕਹਿਣ ਲੱਗੇ ਮੈਂ ਕਿਹਾ ਸਾਹਿਬ ਮੈਨੂੰ ਚੱਕਰ ਆ ਗਿਆ ਉਹ ਮੈਨੂੰ ਅਗਲੇ ਪਾਸੇ ਕੰਪਨੀ ਬਾਹਰ ਗਿਆ ਕਹਿੰਦਾ ਵੀ ਜਿਹੜੇ ਅਫਸਰ ਆਏਗਾ ਸਰੂਰ ਮਾਰਨੇ ਤੂੰ ਮੰਨੀ ਨਾ ਜਾਣ ਨੂੰ ਮੈਂ ਕਹੀ ਅੱਛਾ ਅਫਸਰਾਂ ਨੂੰ ਨਾ ਮੰਨੀ ਮੈਂ ਕਹੀ ਅੱਛਾ ਫਿਰ ਜਿਹੜੇ ਚੰਗਾ ਹੋਰ ਹੀ ਤਾਂ ਫਿਰ ਮੇਰੇ ਕੋਲ ਅਫਸਰ ਆਇਆ ਉੱਥੇ ਮੈਂ ਸਰੂਰ ਮਾਰਿਆ ਕਿਆ ਬਾਤ ਹੈ ਮੈਂ ਕਿਹਾ ਸਭ ਚੱਕਰ ਔਰ ਅੱਜ ਕਹਿੰਦਾ ਹੋਸਪੀਟਲ ਤੇ ਜਾਓ ਠੀਕ ਹੋ ਜਾਓ ਪੀ ਜਾਊਂਗੇ ਮੈਂ ਕਹਿੰਦਾ ਨਹੀਂ ਸਾਹਿਬ ਮੈਂ ਨਾ ਜਾਣਾਗਾ ਨਹੀਂ ਨਹੀਂ ਹਾਂ ਬਾਅਦ ਮੈਂ ਦੇਈਏਗਾ ਉਹ ਡਾਕਟਰ ਕਹਿੰਦਾ ਸਾਹਿਬ ਕੋਈ ਮਾਮੂਲੀ ਕਰ ਠੀਕ ਹੋ ਜਾਣਾ ਹੈ ਫਿਰ ਕਹਿੰਦੇ ਅੱਛਾ ਜੇ ਬਾਹਰ ਦਾ ਇਸ ਕੋਲ ਜਵਾਨ ਕਾ ਖਿਆਲ ਰੱਖਣਾ ਫਿਰ ਅਸੀਂ ਚਲੇ ਗਏ ਬੰਬੇ ਅੱਛਾ ਜੀ ਬੰਬੇ ਚਲੇ ਗਏ ਬੰਬੇ ਤੋਂ ਉੱਥੇ ਅੱਗੇ ਇੱਕ ਦੋ ਜਹਾਜ਼ ਗਾਂਧੀ ਡੁਬੋਂਦਾ ਸੀ ਅੱਛਾ ਜੀ ਅਸੀਂ ਗਏ ਅਸੀਂ ਜਰਮਨ ਜਰਮਨ ਡੁਬੋਂਦਾ ਸੀ ਹੈ ਜਰਮਨ ਵਾਲਾ ਜਰਮਨ ਨਾਲ ਸੀ ਗਏ ਤਾਂ ਅਸੀਂ ਬੰਬੇ ਤੋਂ ਆਉਣਾ ਬੰਬੇ ਤੋਂ ਫਿਰ ਤੁਸੀਂ ਜਾਣਾ ਸੀਗਾ ਉੱਧਰ ਨੂੰ ਅੱਗੇ ਹਾਂ ਅੱਗੇ ਅੱਛਾ ਜੀ ਫਿਰ ਅਸੀਂ ਕਿਹਾ ਵੀ ਜੋ ਬਿਨੇ ਮਾਤ ਪਛਾਣ ਜੋ ਪਹਿਲੇ ਹੈਗਾ ਖਾ ਲਓ ਫਿਰ ਜਿਹੜੇ ਜੇਬਾਂ 'ਚ ਪੈਸੇ ਸੀ ਅਸੀਂ ਉਹਦਾ ਪਰ ਲੈ ਕੇ ਖਾ ਪੀ ਲਿਆ ਅੱਛਾ ਜੀ ਅਸੀਂ ਜਿਹੜੇ 2 ਦਿਨ ਹੋਏ ਆ ਇਹ ਸਾਡਾ ਇਕੱਲਾ ਜਹਾਜ਼ ਸ਼ਾਮ ਨੂੰ ਸੀ ਜੀ ਜਿਹਦੇ ਸਵੇਰੇ ਉੱਠਿਆ 95 ਜਹਾਜ਼ ਬੈਰੀ ਅੱਛਾ ਜੀ ਜਾਂ ਸ਼ਹਿਰ ਬਸਦਾ ਜਾਵੇ ਸਾਡੇ ਨਾਲ 2 ਜਹਾਜ਼ ਉੱਪਰ ਉੱਪਰ ਹਾਂ ਜਿਹੜੀ ਸਾਡੀ ਹਿਫਾਜ਼ਤ ਕਰਦੇ ਸੀ ਠੀਕ ਠੀਕ ਮਗਰ ਨਾ ਆਏ ਵਾਏ ਜਹਾਜ਼ ਵਾਲੇ ਫਿਰਦੇ ਤਾਰ ਪੇਡੂ ਅੱਛਾ ਤਾਰ ਹਾਂਜੀ ਹਾਂਜੀ ਠੀਕ ਹੈ ਜਿਹੜੇ ਇੱਦਾਂ ਨਾ ਆ ਕੇ ਬਰਮੇ ਨਾਲ ਛੇਕ ਕਰ ਦਿੰਦੇ ਛੇਕ ਕਰਕੇ ਡੋਬ ਦਿੰਦੇ ਸੀ ਹਾਂ ਹਾਂਜੀ ਹਾਂਜੀ ਉਹ ਨਹਿਰ ਸਵੇਰ ਜਿਸ ਵੇਲੇ ਗਏ ਹਾਂ ਅਸੀਂ 28 ਦਿਨ 28 ਦਿਨ ਦਿਨ ਗਏ ਨਹਿਰ ਸਵੇਰ 'ਤੇ ਬੰਦਰਗਾਹ ਸੀ ਉੱਥੇ ਜਹਾਜ਼ ਨਹੀਂ ਲਗਾਏ ਕੱਲਾ ਕੱਲਾ ਜਹਾਜ਼ ਉੱਥੇ ਪੈ ਗਿਆ ਜਿਹੜੇ ਅਸੀਂ ਸਵੇਰੇ ਦੇਖਿਆ ਮੋਰੇ ਵੀ ਪਹਾੜ ਇਹਦੇ ਵੀ ਮਗਰੀ ਪਹਾੜ ਇਹਦਾ ਇੱਥੇ ਕਿੱਥੇ ਹੈਗਾ ਯਾਨੀ 95 ਮੋਰਚੇ ਕੱਢੇ ਹੋਏ ਸੀ ਅੰਗਰੇਜ਼ ਪਹਾੜ ਦੀ ਇਕੱਲਾ ਇਕੱਲਾ ਜਹਾਜ਼ ਫਿਰ ਬੰਦਰਗਾਹ ਦੇ ਭੇਜ ਗਿਆ ਉੱਥੋਂ ਫਿਰ ਅਸੀਂ ਗਏ ਇੱਥੋਂ ਲਾਹੌਰ ਸਾਡਾ ਟੈਸਟ ਹੋਇਆ ਸੀ ਸਾਨੂੰ ਰੈਸ਼ੀ ਲੇਟਰ ਦਿੱਤੇ ਰੈਸ਼ੀ ਦੇ ਕੇ ਟਪਾਉਂਦੇ ਸੀ ਠੀਕ ਅਤੇ ਠੀਕ ਆ ਆਉਂਦਾ ਨਾ ਗੈਸ ਨੋਜ ਗੈਸ ਪੀਅਰ ਗੈਸ ਪਾਉਂਦੇ ਸੀ ਜਿਹਦਾ ਠੀਕ ਆ ਠੀਕ ਆ ਜਿਹਦਾ ਨਹੀਂ ਠੀਕ ਉਹ ਫੋਨ ਬਦਲ ਕੇ ਆਉਂਦਾ ਸੀ ਉਹ ਸੈਸ਼ੀ ਲੈ ਕੇ ਅਤੇ ਗੈਸ ਕੋਟ ਠੀਕ ਜਾਂ ਠੋਸ ਗੈਸ ਅੱਛਾ ਉਹ ਪਾਣੀ ਹੈਗਾ ਉਹਦੇ ਵਾਸਤੇ ਗੈਸ ਕੋਟ ਸੀ ਇਹ ਚੀਜ਼ਾਂ ਸਾਨੂੰ ਦੇ ਕੇ ਬਾਹਰ ਗਿਆ ਸੀ ਅਸੀਂ ਜਰਮਨ ਦੇ ਵਿੱਚ ਆਵਾਦਾਨ ਆ ਸੱਸੀ ਪੁੰਨੂ ਬਾਗ ਜਿਹੜਾ ਸੱਸੀ ਪੁੰਨੂ ਸੱਸੀ ਪੁੰਨੂ ਹਾਂਜੀ ਇੱਧਰ ਹੈ ਨਾ ਉੱਥੋਂ ਲੈ ਕੇ ਨੂੰ ਇਹਦਾ ਕੀ ਨਾਂ ਰੂਸ 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 ਦੀ ਸਰਹੱਦ ਤੱਕ ਗਏ ਆ ਰੂਸ ਦੀ ਹੱਦ ਤੱਕ ਗਏ ਆ ਹਾਂ
ਯਾਨੀ ਹੱਦ ਤੱਕ ਵੀ ਅਸੀਂ ਉੱਥੇ ਜਿਹੜੇ ਅੱਧਾ ਦਾਰੂ ਖਰਾਬ ਲੈ ਲਿਆ ਹਿਟਲਰ ਨੇ ਹਾਂਜੀ ਉਸ ਵੇਲੇ ਅਸੀਂ ਸਾਹਿਬ ਯੂਨੀ ਸਾਹਿਬ ਆਪਣੇ ਡਿਫੈਂਸ ਬੈਂਕਰ ਬਣਾਉਂਦੀ ਸੀ ਪਰ ਬੈਂਕਰ ਬਣਾਉਂਦਾ ਬਣਾਉਂਦਾ ਉਹਨੂੰ ਹਾਰ ਆ ਗਈ ਰੂਸੀ ਹੱਦ ਦੇ ਨਾਲ ਨਾ ਲੜਦਾ ਸਿੰਗਾਪੁਰ ਬਗੈਰ ਲੜਾਈ ਤੇ ਗਿਆ ਉਸ ਵੇਲੇ ਇਟਲੀ ਸੋਨੀ ਚ ਬੈਠੇ ਸੀਗੇ ਠੀਕ ਉਸ ਵੇਲੇ 15-30 ਨੂੰ ਲਿਖਿਆ ਨੀ ਜੀ ਪਹਿਲੀ ਤੁਹਾਨੂੰ ਰਾਜ ਦਿੱਤਾ ਉਹਦੇ ਸਾਨੂੰ ਰਾਜ ਰੂਲ ਕਾਨੂੰਨ ਦੇ ਸੁਣਾਤਾ ਅੰਗਰੇਜ਼ ਨੇ ਦੁਖਦ ਤੁਹਾਨੂੰ ਤੁਸੀਂ ਆਜ਼ਾਦ ਹੋ ਗਏ ਅੱਛਾ ਜੀ ਤੁਹਾਨੂੰ 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 ਸੁਨੇਹਾ ਮਿਲਿਆ ਸੀ ਫੌਜ 'ਚ ਲੈ ਉਹ ਰੈਜੀਗਰੀ ਕੀਤਾ ਉਸਨੇ ਅੱਛਾ ਜੀ ਕੰਪਨੀ ਕਮਾਂਡਰ ਨੇ ਅੰਗਰੇਜ਼ ਨੇ ਕੀ ਨਾਂ ਸੀਗਾ ਉਹਦਾ ਨਾਂ ਨਹੀਂ ਪਤਾ ਉਹਨੂੰ ਕਿਹਾ ਵੀ ਦੁਖਦ ਤੁਸੀਂ ਹੁਣ ਆਜ਼ਾਦ ਹੋ ਗਏ ਹਾਂ ਅਸੀਂ 15-30 ਨੂੰ ਦੇਖ ਕੇ ਦੇਤਾ ਤੁਹਾਨੂੰ ਅਸੀਂ ਕਿਹਾ ਵੀ ਅਸੀਂ ਵੀ ਐਸ਼ ਕਰਾਂਗੇ ਬਾਹਰ ਦੀਆਂ ਮੁਲਖਾਂ ਮੰਗਦੇ ਅਸੀਂ ਵੀ ਆਜ਼ਾਦੀ ਕੱਟਾਂਗੇ ਪਰ ਜਿਵੇਂ ਦੇ ਇੱਥੇ ਆਏ ਤਾਂ ਇੱਥੇ ਬਿਨਾ ਗਰਕ ਹੋ ਗਿਆ ਨਾ ਕਿ ਉਹਨਾਂ ਦੇ ਰਾਜ ਦੇ ਵਿੱਚ ਕਿਲੋ ਸੋਨਾ ਪਹਿਨ ਕੇ ਔਰਤ ਰਾਜ ਵਾਲੇ ਬੰਦਾ ਕੋਈ ਉਂਗਲੀ ਨਹੀਂ ਕਰਦਾ ਠੀਕ ਆ ਦਿਨ ਦੀ ਦਿਹਾੜੇ ਬਾਜ਼ਾਰਾਂ ਨੇ ਵੀ ਇੱਜ਼ਤ ਲੁੱਟੀ ਜਾਂਦੀ ਕੋਈ ਪੁੱਛਦਾ ਨਹੀਂ ਜੋ ਤੁਸੀਂ ਦੇਖਿਆ 47 ਦਾ ਹਾਲ ਫਿਰ ਤੁਸੀਂ ਦੁਖੀ ਹੋਏ ਹੋਣੇ ਆ ਹਾਂ ਫਿਰ ਹੁਣ ਕਿਹੜਾ ਹੁਣ ਵੀ ਆਦਮੀ ਮਾਰੋ ਕੁੱਤੇ ਨਹੀਂ ਕਰ ਸਕਦੇ ਹੁਣ ਵੀ ਕੋਈ ਪੁੱਛ ਗਈ ਸਾ ਤੁਸੀਂ ਨਾ ਤੁਹਾਡੀ ਸਿੱਧੀ ਲੜਾਈ ਵੀ ਹੋਈ ਹਿਟਲਰ ਦੇ ਫੌਜਾਂ ਨਾਲ ਸਿੱਧੀ ਲੜਾਈ ਕਿਤੇ ਦੇਖੋ ਸਿੱਧੀ ਲੜਾਈ ਸਾਡੀ ਅਸੀਂ ਸੀ ਇੰਜੀਨੀਅਰ ਜੀ ਹੁਣ ਸਾਡੀ ਜੀ ਜੀ ਸਾਡਾ ਕੰਮ ਸੀ ਮਾਈਨਾਂ ਲਾਉਣੀਆਂ ਜੀ ਜੀ ਮਾਈਨਾਂ ਦੇ ਸਰੰਡਰ ਕਰਨੀਆਂ ਠੀਕ ਆ ਜੀ ਪੁਲ ਬਣਾਉਣੇ ਤਾਂ ਪੁਲ ਉਡਾਉਣੇ ਠੀਕ ਆ ਜੀ ਜਿੱਥੇ ਫੌਜ ਨੂੰ ਭਾਜੀ ਪਵੇ ਠੀਕ ਹੈ ਉਹਦੀ ਭਾਜੀ ਖਤਮ ਕਰਨੀ ਜਾਣੀ ਨਗਾਇਆ ਜੀ 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 ਹਾਂਜੀ ਤੁਹਾਡੇ ਨਾਲ ਮੁਸਲਮਾਨ ਵੀ ਸੀਗੇ ਕੁਛ ਬੰਦੇ ਮੁਸਲਮਾਨ ਨੇ ਜੀ ਅਲੱਗ ਯੂਨਿਟ ਸੀ ਸੈਕਸ਼ਨ ਸੀ ਅਲੱਗ ਸਾਡੀ ਅਲੱਗ ਸੈਕਸ਼ਨ ਸੀ ਅਲੱਗ ਉਹ ਦੋ ਸੈਕਸ਼ਨਾਂ ਸੀ ਸਾਡੀ ਇੱਕ ਸੈਕਸ਼ਨ ਸੀ ਠੀਕ ਠੀਕ ਉਦੋਂ ਬਹਿ ਕੋਈ ਕਿਹੜਾ ਕਿਹੜਾ ਇਲਾਕਾ ਘੁੰਮਿਆ ਉੱਥੇ ਸੈਂਡ ਵਰਲਡ ਬਾਅਦ 'ਚ ਕਿਹੜੇ ਕਿਹੜੇ ਸ਼ਹਿਰ ਦੇਖੇ ਸ਼ਹਿਰ ਦੇਖੋ ਜੀ ਹੈ ਫਾਸੀ ਦੇਖਿਆ ਬਗਜਾਤ ਪਈ ਕਈ ਪਈ ਦੇਖਿਆ ਮਿਸਰ ਅਸੀਂ ਦੇਖਿਆ ਮਿਸਰ ਸ਼ਹਿਰ ਅੱਛਾ ਜੀ ਮਿਸਰ ਹਾਂ ਫਿਰ ਉਹਦੇ ਬਾਬੀ ਹਾਫਾ ਕਵੈਦ ਹੋਰ ਵੀ ਕਈ ਯਾਨੀ ਇਹ ਸਾਰੇ ਮੁਲਕ ਘੁੰਮਦੇ ਰਹੇ ਹਾਂ ਲਾ ਇਟਲੀ ਤੱਕ ਤੁਸੀਂ ਸਰਦਾਰ ਹੁੰਦੇ ਸੀ ਸਰਦਾਰ ਨਾ ਮੋਨਾ ਮੋਨੇ ਸੀ ਠੀਕ 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 ਤੇ ਤੁਹਾਡੇ ਕਦੀ ਕੋਈ ਮੌਤ ਦੇ ਕੋਲ ਦੀ ਲੰਘੇ ਹੋਵੋ ਕੋਈ ਗੋਲੀ ਗਾਲੀ ਚੱਲੀ ਹੋਵੇ ਤੁਹਾਡੇ ਨਾਲ ਦੇ ਮਰ ਗਏ ਹੁਣ ਦੇਖੋ ਜੀ ਸਾਡਾ ਆਦਮੀ ਮਹੀਨਾ ਅਸੀਂ ਮਹੀਨਾ ਜਿਸ ਵੇਲੇ ਟੈਸਟ ਕਰਦੇ ਸੀ ਮਾਈਨ ਡਿਟੈਕਟਰ ਲੈ ਗਏ ਉਸ ਵੇਲੇ ਮਹੀਨਾ ਜਿਸ ਵੇਲੇ ਕੱਢਣ ਲੱਗਾ ਹਾਂਜੀ ਅਤੇ ਸਾਡੇ ਉਸ ਵੇਲੇ ਦੋ ਆਦਮੀ ਮਰੇ ਇੱਕ ਮਰੇ ਦੋ ਮਰੇ ਦੋ ਮਰੇ ਕੀ ਨਾਂ ਸੀ ਉਹਨਾਂ ਨਾਂ ਚੇਤੇ ਹੁਣ ਮਾਹੌਲ ਸੀ ਰੋਜ਼ ਰੋਜ਼ ਮੌਤ ਦਾ ਸਾਹਮਣਾ ਕਰਨਾ ਪੈਂਦਾ ਹੋਣਾ ਡਰਦੇ ਹੀ ਬਹੁਤ ਹੋਣੀ ਫੌਜ ਬਈ ਫੌਜ ਦੀ ਗੱਲ ਲੜਾਈ ਵਿੱਚ ਇਹ ਪਤਾ ਨੀ ਕੀ ਪਤਾ ਕਿਹੜੇ ਬੰਬ ਸਿਰਦੇ ਕਿਹੜੇ ਗੈਸ ਸਿਰਦੇ ਕੀ ਪਤਾ ਹੁੰਦਾ ਉਹ ਸਾਡੇ ਟਾਈਮ ਦੇ ਵਿੱਚ ਰੈਫਰੀਜਰੇਟਰ ਲੱਗਾ ਗਿਆ ਇੱਥੇ ਛਾਤੀ ਦੇ ਨਾਲ ਕੰਟੀਨ ਲੜਾਈ ਦੌੜ ਨਹੀਂ ਸੀ ਸਕਦੇ ਹੌਲੀ ਹੌਲੀ ਤੁਰ ਸਕਦੇ ਸੀ ਫਿਰ ਆਰਡਰ ਇਹ ਸੀ ਵੀ ਅਗਰ ਗੈਸ ਛੱਡੀ ਜਾਵੇ ਜਿੱਦਣੋਂ ਹਵਾ ਹਵਾ ਆਉਂਦੀ ਆ ਨਾ ਉਹਦੇ ਨੂੰ ਜਾਓ ਜਿਹਦੇ ਜਾਂਦੇ ਉਹਦੇ ਨੂੰ ਨਾ ਜਾਓ ਠੀਕ ਹੈ ਗੱਲ ਇਹ ਜਾਈਆਂ ਟ੍ਰੇਨਿੰਗ ਸਭ ਦਿੱਤੀਆਂ ਬਜ਼ੁਰਗੋ ਤੁਹਾਨੂੰ ਹੁਣ ਪੈਨਸ਼ਨ ਮਿਲਦੀ ਫਿਰ ਉਹ ਅੰਗਰੇਜ਼ ਦੇ ਪੈਨਸ਼ਨ ਪੈਨਸ਼ਨ ਨਹੀਂ ਮਿਲਦੀ ਇਹ ਕਿਉਂ ਵਜ੍ਹਾ ਇਹ ਕਿ ਅਸੀਂ 5.5 ਸਾਲ ਨੌਕਰੀ ਕੀਤੀ ਨਾ ਅੱਛਾ ਬਾਅਦ ਵਿੱਚ ਤੁਸੀਂ ਸਿਰਫ ਲੜਾਈ ਲੜੀ 39 ਤੋਂ ਲੈ ਕੇ 47 ਤੱਕ ਫਿਰ ਅਸੀਂ ਜਾ ਰਹੇ ਸੀ ਸਿੱਧੀ ਸਪੈਸ਼ਲ ਸਾਡੀ ਬੰਬੇ ਤੋਂ ਜਪਾਨ ਜਪਾਨ ਠੀਕ ਹੈ ਜੀ ਹਾਂ ਮਜ਼ਾਕ 'ਤੇ ਜਿਹੜੇ ਅਸੀਂ ਅੱਗੇ ਗਏ ਹਾਂ ਉਸਦੇ ਆਡਰ ਆ ਗਿਆ ਵੀ ਵਾਪਸ ਆ ਜਾਓ ਹੋ ਗਈ ਆ
ਸੁਲਾ ਹੋ ਗਈ ਹੈ ਵੀ ਜਿੱਥੇ ਜਿਹੜੇ ਯੂਨਿਟ ਆ ਉੱਥੇ ਛੁੱਟੀਆਂ ਕਟਾਓ ਫਿਰ ਅਸੀਂ ਉੱਥੇ ਵਾਈ ਐਮ ਸੀ ਬਣ ਗਈ ਸੀ ਉੱਥੇ ਅਸੀਂ ਛੁੱਟੀਆਂ ਇੱਥੇ ਕੱਟੀਆਂ ਯਾਨੀ ਕਿ ਲੜਾਈ ਮੁੱਕੀ ਅਤੇ ਨਾਲ ਹੀ ਤੁਹਾਡੀ ਨੌਕਰੀ ਮੁੱਕ ਗਈ ਹੋਰ ਤੁਸੀਂ ਫਿਰ ਪਿੰਡ ਆ ਗਏ ਪਿੰਡ ਦੇ ਕੀ ਹਾਲਾਤ ਸੀ ਉਦੋਂ ਪਿੰਡ ਦੇ ਹਾਲਾਤ ਚੰਗੇ ਸੀ ਨੌਕਰੀਆਂ ਮਿਲਦੀਆਂ ਸੀਆਂ ਨੌਕਰੀਆਂ ਕੀਤੀਆਂ ਪਰ ਚਾਪਲੂਸੀ ਕਰਨੀ ਪੈਂਦੀ ਸੀ ਉਹ ਤਾਂ ਆਪਣੇ ਰਾਜ ਉਹ ਸਾਨੂੰ ਪਤਾ ਨਹੀਂ ਜਾਣਦੇ ਨਹੀਂ ਅਸੀਂ ਛਿਵਲਦੇ ਸਿਗਲ ਟ੍ਰੇਨ ਅਸੀਂ ਇੱਥੇ ਰਾਜ ਪਾਇਆ ਨਾ ਹੀ ਲੱਕੜੀ ਦਾ ਕੰਮ ਕੀਤਾ ਨਾ ਹੀ ਰਾਜ ਚਲਾਇਆ ਅਸੀਂ ਕਾਮਯਾਬ ਹੋ ਗਏ ਚਲੋ ਆਪਾਂ ਨੇ ਜ਼ਮੀਨ ਦੇਖੀ ਦੀ ਦੁਕਾਨਾਂ ਪਾਲੀਆਂ ਪੈਂਦੀਆਂ ਚਲੋ ਬਜ਼ੁਰਗੋ ਤੁਹਾਡਾ ਬਹੁਤ 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 ਧੰਨਵਾਦ ਜੀ ਤੁਸੀਂ ਬੜੇ ਖੇੜੇ ਮੱਥੇ ਜੀ ਮੈਨੂੰ ਮਿਲੇ ਆ ਤੇ ਬੜੀਆਂ ਸੋਹਣੀਆਂ ਗੱਲਾਂ ਕੀਤੀਆਂ ਰੱਬ ਕਰੇ ਤੁਸੀਂ ਤੰਦਰੁਸਤ ਰਹੋ ਹੋਰ ਵੀ ਵਧੀਆ ਤੇ ਸੋਹਣੀ ਜ਼ਿੰਦਗੀ ਭੋਗੋ ਮਿਹਰਬਾਨੀ ਜੀ